ਅਗਲਾ ਕੰਮ ਇਹ ਤੁਹਾਨੂੰ ਦੱਸਿਆ ਸੀ ਕਿ ਉਸ ਭਾਈ ਨੇ ਕੀ ਕੀਤਾ ਸੀ, ਇਹ ਭਾਈ ਸਾਹਿਬ ਜਿਹੜੇ ਸੀਗੇ, ਇਸ ਭਾਈ ਨੇ ਨਾ, ਇਸ ਭਾਈ ਨੇ ਟੈਕਸ ਕੋਈ ਐਡਾ ਚੰਗਾ ਨਹੀਂ ਸੀ ਲਿਖਿਆ ਹੋਇਆ, ਅਤੇ ਅਸੀਂ ਕੀ ਕਰ ਸਕਦੇ ਹਾਂ, ਇਸ ਜਿਹੜਾ ਟੂਲ ਹੈ ਨਾ, ਇਹਦੀ ਮਦਦ ਨਾਲ ਅਸੀਂ ਕੀ ਕਰ ਸਕਦੇ, ਸੋਹਣਾ ਜਿਹਾ ਟੈਕਸ ਵੀ ਲਿਖ ਸਕਦੇ ਹਾਂ, ਠੀਕ ਆ, ਜਿਹਨੂੰ ਅਸੀਂ ਆਪਣੀ ਜ਼ਬਾਨ ਨਾਲ ਕੈਪਸ਼ਨ ਕਹਿੰਦੇ ਨੇ। ਇਹ ਵੇਖਿਓ ਮੈਂ ਲਿਖਦਾ, ਮੇਰੇ ਮੇਰੇ ਵਾਸਤੇ ਲਿਖੇਗਾ ਕੈਪਸ਼ਨ। ਮੈਂ ਟੂਲ 'ਤੇ ਗਿਆ, ਠੀਕ ਹੈ ਜੀ, ਮੈਂ ਇੱਥੇ ਗਿਆ, ਪਲੀਜ਼ ਹੈਲਪ ਮੀ, ਇਹ ਤੁਸੀਂ ਲਾਜ਼ਮੀ ਆਪਣੀ ਜ਼ਬਾਨ 'ਚ ਚੜ੍ਹ ਲੈਣਾ, ਹੈਲਪ ਮੀ, ਹੈਲਪ ਮੀ ਟੂ ਰਾਈਟ ਇਫੈਕਟਿਵ ਪੋਸਟ ਕੈਪਸ਼ਨ ਫੋਰ ਦਿਸ ਬਿਜ਼ਨਸ। ਪੰਜ ਮੈਂ ਲੈ ਲੈਣਾ, ਫਾਈਵ ਪੋਸਟ ਕੈਪਸ਼ਨਸ, ਪੰਜ ਮੈਨੂੰ ਅਟਰੈਕਟਿਵ ਪੋਸਟ ਕੈਪਸ਼ਨਸ ਦੇ, ਕਿੰਨੇ ਅੰਡਰ 125 ਕਰੈਕਟਰਸ, ਕਿਉਂਕਿ ਲੋਕ ਬਹੁਤਾ ਪੜ੍ਹਦੇ ਵੀ ਨਹੀਂ। ਇਹ ਵੇਖਣਾ ਜ਼ਰਾ, ਚੱਲ ਵੀ ਲਓ ਜੀ, ਬ੍ਰਿੰਗ ਨਿਊ ਲਾਈਫ ਫੋਰ ਯੂਅਰ ਹੋਮ ਐਂਡ ਐਕਸਪਰਟ ਕਸਟਮ ਫਰਨੀਚਰ ਬਿਲਡ। ਇਹ ਲਓ, ਉਹਨੇ ਤੁਹਾਨੂੰ ਪੰਜ ਪੋਸਟਾਂ ਦੇ ਦੱਸ ਵੀ ਦਿੱਤਾ ਕਿ ਭਾਈ ਕੈਪਸ਼ਨ ਕੀ ਹੋਏਗੀ, ਠੀਕ ਹੈ। ਇਹ ਤੁਹਾਡਾ ਕੰਮ ਕਰੀ ਜਾ ਰਿਹਾ, ਕਰੀ ਜਾ ਰਿਹਾ। ਲਿੰਕ ਤੁਸੀਂ ਨੋਟ ਕਰ ਲੈਣਾ ਹੈ, chat.openai.com/chat, ਠੀਕ ਹੈ ਜੀ। ਇਹ ਲਓ ਜੀ, ਹੋਰ ਸੁਣਾਓ, ਠੀਕ ਹੈ ਜੀ। ਇਹਨੂੰ ਕਾਪੀ ਕਰੋ, ਆਪਣੀ ਇੱਕ ਸ਼ੀਟ ਬਣਾਓ, ਉਹਦੇ 'ਚ ਲਿਖ ਦਿਓ, ਠੀਕ ਹੈ ਜੀ। ਹੁਣ ਤੁਹਾਨੂੰ 30 ਦਿਨਾਂ ਦਾ, ਮੈਂ 5 ਲਿਖਿਆ, ਤੁਸੀਂ 30 ਲਿਖ ਲਓ, ਅਤੇ 30 ਲਿਖ ਕੇ ਇੱਥੇ ਲਾ ਦਿਓ, ਅਤੇ ਹਰ ਪੋਸਟ ਦੇ ਉੱਤੇ ਅਕੋਰਡਿੰਗ ਟੂ ਦੇਅਰ ਪੋਸਟ ਪਾਈ ਜਾਓ, ਕਿਹਨੇ ਰੋਕਿਆ, ਠੀਕ ਹੈ ਜੀ। ਸਮਝ ਆ ਗਈ ਕੈਪਸ਼ਨ ਦੀ, ਸਮਝ ਆ ਗਈ। ਤੁਹਾਨੂੰ ਇਹ ਵੀ ਲਿਖਣ ਦੀ ਲੋੜ ਕੋਈ ਨਹੀਂ, ਉਹ ਵੀ ਉਹੀ ਉਹੀ ਲਿਖ ਕੇ ਦੇਗਾ, ਠੀਕ ਹੈ। ਚੈਟ GPT ਐਡਾ ਕਮਾਲ ਦਾ ਟੂਲ ਹੈਗਾ ਜੀ, ਠੀਕ ਹੈ। ਤੁਹਾਨੂੰ ਕੋਈ ਚੈੱਕ ਕਰਨ ਦੀ ਲੋੜ ਨਹੀਂ, ਸਿਰਫ ਤੁਸੀਂ ਇਹਨੂੰ ਜਿੰਨਾ ਚੰਗਾ ਸਮਝਾ ਦਿਓਗੇ, ਉਹਨਾਂ ਚੰਗਾ ਤੁਹਾਨੂੰ ਉਹ ਆਉਟਪੁੱਟ ਦੇ ਦੇਵੇਗਾ, ਠੀਕ ਹੈ ਜੀ। ਸਮਝ ਆਈ, ਬੋਲੋ ਤਾਂ ਸਹੀ, ਠੀਕ ਹੈ ਜੀ। ਅਤੇ ਇੱਦਾਂ ਹੀ ਆਪਾਂ ਇੱਕ ਪ੍ਰੋਡਕਟ ਬਿਜ਼ਨਸ ਫੜਿਆ, ਇੱਕ ਸਰਵਿਸ ਬੇਸ ਬਿਜ਼ਨਸ ਫੜਿਆ, ਅਤੇ ਅਗਲਾ ਕੰਮ ਇੱਕ ਆਪਾਂ ਕਰਾਂਗੇ, ਕੋਈ ਤੁਹਾਡੇ 'ਚੋਂ ਹੀ ਸਾਨੂੰ ਦੱਸ ਦਿਓ ਕਿ ਤੁਸੀਂ ਕਿਹੜਾ ਬਿਜ਼ਨਸ ਜਿਹੜਾ ਹੈ ਉਹਨੂੰ ਕਰਨਾ ਚਾਹੁੰਦੇ ਹੋ, ਠੀਕ ਆ। ਜਿਹਦੇ ਵੋਟ ਜ਼ਿਆਦਾ ਹੋਣਗੇ ਅਸੀਂ ਉਸ ਬਿਜ਼ਨਸ ਨੂੰ ਲੈ ਕੇ ਚੱਲਾਂਗੇ, ਲੇਕਿਨ ਤੁਹਾਨੂੰ ਮੈਂ ਇੱਕ ਫੰਡਾਮੈਂਟਲ ਸਮਝਾ ਦਿੱਤਾ, ਯਾਨੀ ਕਿ ਬੇਸ ਸਮਝਾ ਦਿੱਤੀ ਕਿ ਬਿਜ਼ਨਸ ਨੂੰ ਕਰਨਾ ਐਵੇਂ ਹੈ। ਮਾਰਕੀਟਿੰਗ ਕੋਈ ਔਖਾ ਕੰਮ ਨਹੀਂ ਹੈ, ਇਹ ਸਿਰਫ ਹਵਾ ਬਣਾਇਆ, ਕਿਉਂਕਿ ਲੋਕਾਂ ਨੂੰ ਸਮਝ ਨਹੀਂ ਹੈ ਕਿ ਕੀਤੀ, ਕਿਉਂਕਿ ਉਹਨਾਂ ਨੇ ਖੁਦ ਕੀਤੀ ਕਦੀ ਨਹੀਂ, ਅਤੇ ਉਹਨਾਂ ਨੂੰ ਪਤਾ ਨਹੀਂ। ਅਤੇ ਤੁਸੀਂ ਇਹ ਲਾਜ਼ਮੀ ਕਰਨਾ ਅਤੇ ਕੰਮ ਸਿੱਖਣਾ, ਠੀਕ ਹੈ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹਨੂੰ ਮਾਰਕੀਟ ਕਿਵੇਂ ਕਰਨਾ, ਠੀਕ ਹੈ। ਚੈਟ GPT ਹੀ ਸਾਨੂੰ ਦੱਸੇਗਾ ਕਿ ਸਾਡੀ ਆਡੀਅੰਸ ਕਿਹੜੀ ਹੈ, ਅਤੇ ਉਹਨੂੰ ਅਸੀਂ ਐਡ ਬਣਾਉਣਾ ਕਿੱਦਾਂ ਵਾ, ਐਡ ਬਣਾਈਦਾ ਕਿੱਦਾਂ ਵਾ, ਅਤੇ ਉਹਨੂੰ ਚਲਾਈਦਾ ਕਿੱਦਾਂ ਵਾ, ਅਤੇ ਕਸਟਮਰ ਨਾਲ ਗੱਲ ਕਿਵੇਂ ਕਰੀਦੀ, ਅੱਗੇ ਅਗਲੇ ਕੰਮ ਇਹ ਸਾਡੇ ਹੋਣਗੇ, ਕਸਟਮਰ ਨਾਲ ਗੱਲ ਕਿਵੇਂ ਕਰੀਦੀ ਹੈ, ਅਤੇ ਉਹਦੇ ਕੋਲ ਪੈਸੇ ਕਿਵੇਂ ਲਈਦੇ, ਠੀਕ ਹੈ। ਅਤੇ ਮੈਨੂੰ ਦੁਆਵਾਂ 'ਚ ਆਪਣੀ ਇਹ ਲਾਜ਼ਮੀ ਯਾਦ ਰੱਖਿਓ, ਦਾਨਕਾਸ਼ ਪਾਕਿਸਤਾਨ ਜ਼ਿੰਦਾਬਾਦ, ਦਾਨਕਾਸ਼ ਪਾਇੰਦਾਬਾਦ। dankash.com 03004 111576